ਰਾਹੁਲ ਆ ਦੇਖੋ ਦੇ ਹੱਥ ਦੇ ਕਿੰਨੇ ਬੰਨੇ ਹੋ ਟੋਲ ਪਲਾਜ਼ਾ ਹੀ ਇੱਥੇ ਨਿਆਣਾ ਬੰਨਿਆ ਹੋਇਆ ਆ ਖੜੇ ਆ ਦੇਖੋ ਤੁਸੀਂ ਨੀ ਮੰਗਦੇ ਤੁਸੀਂ ਸ਼ਰਿਆ ਮੰਗਦੇ ਆ ਜੇ ਗਰੀਬ ਆ ਕਿਸੇ ਨੇ ਧੱਕਾ ਨੀ ਕਰੀਦਾ ਹੁੰਦਾ ਅੱਛਾ ਆ ਵੇਖ ਲੋ ਬਈ ਲਖਮੀ ਲੱਗਦਾ ਸਹੀ ਕੰਮ ਨੀ ਕੀਤਾ ਹੈਗਾ ਤੁਸੀਂ ਪਤਾ ਤੁਹਾਨੂੰ ਸਹੀ ਕੰਮ ਨੀ ਕੀਤਾ ਹੈਗਾ ਸਾਨੂੰ ਕੀ ਪਤਾ ਭਜਾਇਆ ਕਿੰਨੀ ਭਜਾਇਆ ਸਾਨੂੰ ਕੀ ਪਤਾ ਹੱਕ ਨੀ ਹੈਗਾ ਹੱਕ ਲੀਗਲ ਹੈ ਸਾਰਾ ਕੁਛ ਅੱਛਾ ਬਣਾਉਂਦਾ ਆ ਫਿਰ ਲੈ ਤੂੰ ਹੁਣ ਹੱਥ ਲਾ ਕੇ ਖਾ ਲੈ ਬੰਨਣ ਦੀ ਬਹੁਤ ਦੂਰ ਹੱਥ ਲਾ ਕੇ ਖਾ ਲੈ ਤੂੰ ਲਾਣਾ ਯਾਰ ਇਹ ਨਾ ਪੈਸੇ ਮੰਗੂਗਾ ਭਜਾਵਾਂਗੇ ਕਿਉਂ ਤੂੰ ਭਜਾਉਂਦਾ ਤੇਰੇ ਕੀ ਥੋੜੇ ਆਜੂਗਾ ਤੂੰ ਤੁਸੀਂ ਜ਼ਿੰਮੇਵਾਰ ਹੋ ਇਹਦੀ ਲੱਤ ਤੋੜ ਜੂਗੀ ਜ਼ਿੰਮੇਵਾਰ ਤੁਸੀਂ ਇਹਦੀ ਲੱਤ ਤੋੜ ਦੀ ਜ਼ਿੰਮੇਵਾਰ ਇਹਦੇ ਕੋਲ ਪੈਸੇ ਕਿੰਨੇ ਨੇ ਇਹਦੇ ਪੈਸੇ ਕਿੰਨੇ ਨੇ ਭਾਈ ਤੁਹਾਡੇ ਕੋਲ ਘਰ ਹੈਗਾ ਸਾਡੇ ਕੋਲ ਬੱਚੇ ਨੂੰ ਬਚਾਉਣ ਦਾ ਘਰ ਹੈਗਾ ਸਾਨੂੰ ਛੱਡ ਦੇ ਗਵਰਨਮੈਂਟ ਪਨਿਸ਼ਮੈਂਟ ਦਿੱਤੀ ਆ ਕਿਉਂ ਤੁਸੀਂ ਇਹ ਪਨਿਸ਼ਮੈਂਟ ਇਹਦੇ ਪੈਸੇ ਜ਼ਿੰਮੇਵਾਰ ਨਹੀਂ ਹੈਗੇ ਜਿੰਨੇ ਜਿੰਨੇ ਖੜੇ ਵੀਡੀਓ ਬਣਾਉਣੇ ਨਾ ਤੁਸੀਂ ਜ਼ਿੰਮੇਵਾਰ ਨਹੀਂ ਇਹਦੇ ਘਰ ਦੇ ਸਾਡੇ ਸਾਡੀ ਕੰਪਨੀ ਸਾਨੂੰ ਕਹੂਗੀ ਸਾਡੀ ਕੰਪਨੀ ਸਾਨੂੰ ਕਹੂਗੀ ਕੰਪਨੀ ਨੇ ਤੈਨੂੰ ਲਿਖ ਕੇ ਪੈਸੇ ਦਿਓ ਆਪ ਲਾਉਣਾ ਹੋਣਾ ਜੇ ਵੀ ਪੈਕ ਲਾਉਣਾ ਹੋਣਾ ਤੁਸੀਂ ਉਹਦੇ ਪੈਕ ਹੋ ਗਏ ਹੋਰ ਕੀ ਕਰਨਾ ਹੋਣਾ ਆਪਣਾ ਘਰ ਚਲਾਉਣਾ ਕੋਈ ਪਤਾ ਨਹੀਂ ਸੀ ਉਤਰ ਕੇ ਪੁੱਛਿਆ ਬੱਚੇ ਨੂੰ ਕੀ ਗੱਲ ਕਹਿੰਦਾ ਮੈਨੂੰ ਇਹਨਾਂ ਨੇ ਬੰਨਿਆ ਆ ਤੇ ਉਹਨਾਂ ਨੂੰ ਪੁੱਛਿਆ ਕਹਿੰਦੇ ਜੀ ਇਹ ਭੀਖ ਮੰਗਦਾ ਆ ਅਸੀਂ ਤਾਂ ਬੰਨਿਆ ਸੀ ਉਹਨਾਂ ਨੂੰ ਪੁੱਛਿਆ ਭੀਖ ਮੰਗਦਾ ਜਾਂ ਕੁਛ ਵੀ ਕਰਦਾ ਪਰ ਤੁਸੀਂ ਇਹਨੂੰ ਬੰਨ ਤਾਂ ਸਕਦੇ ਨਹੀਂ ਕਹਿੰਦੇ ਅਸੀਂ ਬੰਨ ਸਕਦੇ ਹਾਂ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਗੱਡੀਆਂ ਥੱਲੇ ਆਓ 100 'ਤੇ ਗੱਡੀਆਂ ਆਉਂਦੀਆਂ ਇੱਦਾਂ ਕਰਦੇ ਆ ਪਰ ਸਾਡੇ ਨਾਲ ਉਹਨੇ ਉਲਝਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਸਾਨੂੰ ਜੋ ਪਹਿਲ ਦੇ ਆਧਾਰ 'ਤੇ ਸਾਨੂੰ ਕਰਨਾ ਚਾਹੀਦਾ ਮੈਂ ਬੱਚੇ ਨੂੰ ਖੋਲਿਆ ਬੱਚੇ ਨੂੰ ਖੋਲ ਕੇ ਉਹਦੇ ਹੱਥ ਮਲੇ ਕਿਉਂਕਿ ਉਹਦੇ ਨਿਸ਼ਾਨ ਕਾਫੀ ਪਏ ਸੀ ਘੁੱਟ ਕੇ ਬੰਨਿਆ ਸੀਗਾ ਅਤੇ ਬੱਚਾ ਡਰਦਾ ਸੀਗਾ ਫਿਰ ਆਣ ਕੇ ਰਾਤ ਨੂੰ ਮੈਂ ਡੀ ਜੀ ਪੀ ਪੰਜਾਬ ਨੂੰ ਅਤੇ ਏ ਡੀ ਜੀ ਪੀ ਹਿਊਮਨ ਰਾਈਟਸ ਨੂੰ ਮੇਲ ਕਰ ਦਿੱਤੀ ਸੀਗੀ ਉਹਦਾ ਹਜੇ ਤੱਕ ਮੈਨੂੰ ਕੋਈ ਰਿਸਪੋਂਸ ਨਹੀਂ ਆਇਆ ਹੈਗਾ ਕੱਲ੍ਹ ਏ ਸੀ ਪੀ ਲੁਧਿਆਣਾ ਨਾਲ ਵੀ ਮੇਰੀ ਫੋਨ 'ਤੇ ਗੱਲ ਹੋਈ ਸੀ ਵੀ ਮੈਂ ਉਹਦੇ ਸੰਬੰਧ 'ਚ ਬਿਆਨ ਦਰਜ ਕਰਾਉਣਾ ਚਾਹੁੰਦਾ ਵੀ ਦੱਸੋ ਮੇਰੀ ਤੁਸੀਂ ਕਿਹਨੂੰ ਮਾਰਕ ਕੀਤੀ ਆ ਜਾਂ ਕੁਛ ਆ ਅੱਜ ਸਵੇਰੇ ਮੈਂ ਐੱਸ ਐੱਚ ਓ ਲੋਡੋਵਾਲ ਦਾ ਫੋਨ ਨੰਬਰ ਲਿਆ ਆ ਅਤੇ ਹੁਣ ਅਸੀਂ ਸ਼ਾਮ ਨੂੰ ਅਸੀਂ ਜਾ ਕੇ ਉੱਥੇ ਲਿਖਤੀ ਦਰਖਾਸਤ ਵੀ ਆਪਣੇ ਵੱਲੋਂ ਕਰਕੇ ਆਉਣੀ ਆ ਕਿਉਂਕਿ ਸ਼ਾਇਦ ਹੋਰ ਸੰਸਥਾਵਾਂ ਨੇ ਵੀ ਕਈ ਮਤਲਬ ਪਾਈ ਇਹਦੀ ਵੀ ਇਹਦੀ ਜਾਂਚ ਹੋਣੀ ਚਾਹੀਦੀ ਆ ਪਰ ਇਹ ਬਹੁਤ ਹੀ ਮਾੜਾ ਕੰਮ ਹੋਇਆ ਦੇ ਜਿਹੜੇ ਮੈਨੇਜਰ ਆ ਇਹਨਾਂ ਦਾ ਕਹਿਣਾ ਵਾ ਕਿ ਉੱਧਰ ਨੇ ਜਿਹੜਾ ਸਿਕਿਉਰਿਟੀ ਵਾਲੇ ਸੀਗੇ ਬੱਚਾ ਮੰਗਣ ਲਈ ਉੱਥੇ ਗਿਆ ਬਾਹਰ ਗੱਡੀ ਥੱਲੇ ਆਉਣ ਲੱਗਿਆ ਸੀਗਾ ਇਹਨਾਂ ਨੇ ਬੱਚੇ ਨੂੰ ਉੱਥੇ ਬਿਠਾਇਆ ਜਿਹੜਾ ਉਹਨੂੰ ਬੱਚੇ ਨੂੰ ਬੰਨਿਆ ਉਹ ਗਲਤ ਕੰਮ ਕੀਤਾ ਪਰ ਇਹ ਕਹਿੰਦੇ ਵੀ ਅਸੀਂ ਤਾਂ ਕੀਤਾ ਸੀਗਾ ਕਿ ਇਹਦੇ ਪਾਰਸਾਂ ਨੂੰ ਬੁਲਾ ਕੇ ਉਹਦੇ ਹੈਂਡਓਵਰ ਕਰ ਦਈਏ ਕਿ ਗੱਡੀ ਗੁੱਡੀ ਥੱਲੇ ਨਾ ਆ ਜਾਵੇ ਠੀਕ ਹੈ ਫਿਰ ਵੀ ਇਹਦੇ ਸੰਬੰਧ ਦੇ ਵਿੱਚ ਮੈਂ ਪੜਤਾਲ ਬੱਚੇ ਦਾ ਵੀ ਕਹਿਣਾ ਬੱਚਾ ਕਹਿੰਦਾ ਮੈਨੂੰ ਪਿੱਟਿਆ ਵੀ ਇਹਨਾਂ ਨੂੰ ਕੁੱਟਿਆ ਵੀ ਸਕਿਉਰਿਟੀ ਗਾਰਡ ਜਿਹੜੀ ਮੈਂ ਇਹਦੇ ਸੰਬੰਧ 'ਚ ਤੁਹਾਨੂੰ ਦੱਸਿਆ ਜੀ ਮੈਂ ਵੈਰੀਫਾਈ ਕਰ ਲਿਆ ਵਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਆਪਣਾ ਪੰਜਾਬ ਮੀਡੀਆ ਗਰੁੱਪ ਵੱਲੋਂ 550 ਪੇਜਾਂ ਦਾ ਕਲਰਫੁੱਲ ਇੰਟਰਨੈਸ਼ਨਲ ਇਤਿਹਾਸਿਕ ਸਪਲੀਮੈਂਟ 2019 ਕੱਢਿਆ ਜਾ ਰਿਹਾ ਹੈ। ਇਸ ਅਨੋਖੇ ਉਪਰਾਲੇ ਦੇ ਲਈ ਤੁਸੀਂ ਆਪਣੇ ਪੇਜ ਨੂੰ ਅੱਜ ਹੀ ਬੁੱਕ ਕਰਵਾਓ।
ਆਪਣਾ ਪੰਜਾਬ ਮੀਡੀਆ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੇ ਲਈ ਆਪਾਂ ਨਾਮ ਦਾ ਪੋਰਟਲ ਲੈ ਕੇ ਆਇਆ ਹੈ, ਜਿਸ ਤੇ ਤੁਸੀਂ ਫ੍ਰੀ ਮੈਂਬਰ ਬਣ ਸਕਦੇ ਹੋ ਅਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀ ਭਾਈਚਾਰੇ ਦੀ ਹਰ ਖਬਰ ਤੋਂ ਜਾਣੂ ਹੋ ਸਕਦੇ ਹੋ। ਇਸੇ ਦੇ ਨਾਲ ਹੀ ਇਸ ਪਲੈਟਫਾਰਮ ਤੇ ਸੋਸ਼ਲ ਸਰਵਿਸ ਵੀ ਕੀਤੀ ਜਾਂਦੀ ਹੈ ਤੇ ਇਸ ਨੂੰ ਭਰਮਾ ਹੁੰਗਾਰਾ ਦਿਓ ਅਤੇ ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਵੱਧ ਤੋਂ ਵੱਧ ਮੈਂਬਰ ਬਣੋ, ਕਿਉਂਕਿ ਇਸ ਦੇ ਮੈਂਬਰ ਤੁਹਾਨੂੰ ਬਿਲਕੁਲ ਹੀ ਫ੍ਰੀ ਬਣਾਇਆ ਜਾਏਗਾ। ਆਪਣਾ ਪੰਜਾਬ ਅਲਾਇੰਸ ਲਈ ਲੌਗਇਨ ਕਰੋ www.apnapunjaballiance.com ਤੇ।